ਜਿਹੜੀ ਚੱਲ ਰਹੀ ਸੀ, ਮੈਂ ਗੱਲ ਕਰ ਰਿਹਾ ਸੀਗਾ ਜੋ ਨਨੂਆ ਸਾਹਿਬ ਦੀ ਬੁੱਕ ਬਾਰੇ ਗੱਲਬਾਤ ਕਰ ਰਿਹਾ ਸੀ ਸਿੱਖ ਰਹਿਤ ਮਰਿਆਦਾ ਦੇ ਵਿੱਚ, ਜਿਹਦੇ ਵਿੱਚ ਨਨੂਆ ਸਾਹਿਬ ਨੇ ਪ੍ਰੋਫੈਸਰ ਸੁਰਜੀਤ ਸਿੰਘ ਨਨੂਆ ਜੀ ਨੇ ਭਗਤ ਸਾਹਿਬਾਨਾਂ ਦੇ ਗੁਰੂ ਸਾਹਿਬਾਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਜਿਹੜਾ ਪੇਸ਼ ਕੀਤਾ, ਸ਼ੋ ਕੀਤਾ। ਮੈਂ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ, ਦੱਸਣਾ ਚਾਹੁੰਦਾ, ਜਿਵੇਂ ਕਿ ਇਹਨਾਂ ਨੇ ਇੱਕ ਭਗਤ ਦੇ ਜਿਹੜੇ ਗੁਣ ਦੱਸੇ ਆ ਉਹ ਦੱਸੇ ਆ, ਮੈਂ ਪਹਿਲੇ ਦੱਸ ਚੁੱਕਿਆ ਤੁਹਾਨੂੰ ਆਪਣੀ ਦੂਜੀ ਸਪੀਚ ਦੇ ਵਿੱਚ ਕਿ ਇਹ ਕਹਿੰਦੇ ਕਿ ਭਗਤ ਦੇ ਜਿਹੜੇ ਗੁਣ ਹੁੰਦੇ ਆ ਕਿ ਉਹ ਪਰਮਾਤਮਾ ਪਾਸੋਂ ਘੋੜੀਆਂ ਵਛੇਰੇ, ਸੁੰਦਰ ਔਰਤਾਂ, ਗਾਂ ਚਰਵਾਹੇ, ਜੰਗਲਾਂ ਵਿੱਚ ਭਗਤੀ ਕਰਨੀ, ਠਾਕਰਾਂ ਨੂੰ ਦੁੱਧ ਪਿਲਾਉਣਾ, ਕੋਈ ਵਾਅਦਾ ਖਿਲਾਫੀ ਨਹੀਂ ਕਰਨੀ, ਪਤਨੀ ਕੋਲ ਝੂੜ, ਅਤੇ ਮਤਲਬ ਇਹਨਾਂ ਨੇ ਜਿਹੜੇ ਗੱਲਾਂ ਬਾਤਾਂ ਦੱਸੀਆਂ ਨੇ ਕਿ ਖਾਲਸਾ ਦੀ ਜਿਹੜੀ ਗੱਲਬਾਤ ਇਹ ਚੱਲਦੀ ਸੀਗੀ, ਮੈਂ ਗੱਲਬਾਤ ਕਰ ਰਿਹਾ ਸੀ ਆਹ ਬੁੱਕ ਜੋ ਨਨੂਆ ਸਾਹਿਬ ਦੀ ਆ ਸਿੱਖ ਰਹਿਤ ਮਰਿਆਦਾ, ਇਹਦੇ ਵਿੱਚ ਇਹਨਾਂ ਨੇ ਇੱਕ ਭਗਤ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਜਿਵੇਂ ਕਿ ਭਗਤ ਸਾਹਿਬਾਨਾਂ ਨੇ ਕਿਤੇ ਭੋਰਿਆਂ ਦੇ ਵਿੱਚ ਲੁੱਕ ਕੇ ਭਗਤੀ ਕੀਤੀ ਹੋਵੇ, ਜਾਂ ਕਿਤੇ ਜੰਗਲਾਂ ਦੀਆਂ ਵਿੱਚ ਲੁੱਕ ਕੇ, ਜਾਂ ਪਹਾੜਾਂ ਦੀਆਂ ਟੀਸੀਆਂ 'ਤੇ ਲੁੱਕ ਕੇ, ਜਾਂ ਉਹਨਾਂ ਨੇ ਮਨੁਵਾਦ ਤੋਂ ਡਰ ਕੇ ਕਿਤੇ ਇਸ ਤਰ੍ਹਾਂ ਬਾਣੀ ਲਿਖੀ ਹੈ। ਅਰਮਾ ਉਹਨਾਂ ਦੀ ਬਾਣੀ ਨੂੰ ਗੁਰਬਾਣੀ ਨਹੀਂ ਮੰਨਦੇ ਹੈਗੇ ਨਨੂਆ ਸਾਹਿਬ, ਇਹ ਕਹਿੰਦੇ ਜਿਹੜੇ ਗੁਰੂਆਂ ਦੀ ਲਿਖੀ ਹੋਈ ਬਾਣੀ ਉਹੀ ਗੁਰਬਾਣੀ ਹੈ, ਠੀਕ ਨੇ। ਇਹਨਾਂ ਨੇ ਸ਼ੋਅ ਅਪ ਕੀਤੀ ਹੈ, ਬੁੱਕ ਪੜ੍ਹ ਕੇ ਵੇਖਿਓ ਜਰਾ, ਬਹੁਤ ਮੈਸਲੀਟ ਮੈਸ ਗਾਈਡ ਕਰਦੀ ਹੈ। ਅਤੇ ਇਹ ਭਗਤਾਂ ਦੇ ਗੁਣ ਜਿਹੜੇ ਮੈਂ ਦੱਸੇ ਆ ਦੂਜੀ ਸਪੀਚ ਪਹਿਲੀ ਦੇ ਵਿੱਚ, ਇਹਨਾਂ ਨੇ ਉਹ ਦੱਸੇ ਆ, ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ ਇਹ ਭਗਤ ਹਿੰਦੂ ਭਗਤਾਂ ਵਾਲੇ ਭਗਤ ਨਹੀਂ ਸੀਗੇ, ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਹੈ ਉਹ ਮਹਾਨ ਯੋਧੇ ਸੂਰਬੀਰ ਆ, ਜਿਨ੍ਹਾਂ ਨੇ ਡਾਂਕੇ ਦੀ ਚੋਟ ਦੇ ਉੱਪਰ ਮਨੁਵਾਦ ਦੀਆਂ ਜੜ੍ਹਾਂ ਨੂੰ ਹਿਲਾਇਆ ਔਰ ਸੰਘਰਸ਼ ਕੀਤਾ, ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਮੂਲ ਵਾਸੀ ਲੋਕਾਂ ਦੇ ਉੱਪਰ ਭਗਤੀ ਕਰਨ ਦੀ ਪਾਬੰਦੀ ਲੱਗੀ ਹੋਈ ਸੀ। ਭਗਤੀ ਦਾ ਮਤਲਬ ਆ ਕਿ ਵੈਲ ਐਜੂਕੇਟਡ ਹੋਣਾ, ਕਿ ਸਿੱਖਿਆ ਹਾਸਲ ਕਰਨੀ, ਕਿਉਂਕਿ ਸਿੱਖਣ ਦੇ ਉੱਪਰ ਪਾਬੰਦੀ ਸੀ। ਸਿੱਖ ਸ਼ਬਦ ਵੀ ਭਗਤ ਸਾਹਿਬਾਨਾਂ ਦੇ ਵੇਲੇ ਹੀ ਹੋਂਦ ਦੇ ਵਿੱਚ ਆਇਆ, ਕਿਉਂਕਿ ਭਗਤ ਸਾਹਿਬਾਨਾਂ ਨੇ ਡਾਂਕੇ ਦੀ ਚੋਟ 'ਤੇ ਡਿਕਲੇਅਰ ਕੀਤਾ ਕਿ ਇਹ ਇਨਸਾਨ ਦਾ ਫੰਡਾਮੈਂਟਲ ਰਾਈਟ ਆ, ਹਿਊਮਨ ਰਾਈਟਸ ਆ, ਕਿ ਉਹਦਾ ਹੱਕ ਬਣਦਾ ਸਿੱਖਣ। ਕਿ ਅਸੀਂ ਵੇਖਦੇ ਹਾਂ ਕਿ ਬ੍ਰਾਹਮਣਵਾਦ, ਮਨੂਵਾਦ ਕਿਵੇਂ ਰੋਕਦਾ ਸਾਡੇ ਲੋਕਾਂ ਨੂੰ ਸਿੱਖਣ ਤੋਂ, ਪੜ੍ਹਨ ਤੋਂ, ਲਿਖਣ ਤੋਂ। ਇਸੇ ਨੂੰ ਭਗਤੀ ਕਰਨਾ ਕਹਿੰਦੇ ਨੇ, ਅਕੋਰਡਿੰਗ ਟੂ ਦਾ ਸਿੱਖ ਧਰਮ ਦੀ ਜਿਹੜੀ ਫਿਲੋਸਫੀ ਆਈਡੀਓਲੋਜੀ, ਭਗਤੀ ਦਾ ਅਰਥ ਹੈ ਵੈਲ ਐਜੂਕੇਟਡ ਹੋਣਾ, ਪੜ੍ਹਨਾ, ਲਿਖਣਾ ਔਰ ਸਿੱਖਣਾ। ਸਿੱਖ ਦਾ ਅਰਥ ਹੀ ਹੈ ਸਟੂਡੈਂਟ ਲਰਨਰ, ਇਹ ਸ਼ਬਦ ਜਿਹੜਾ ਹੋਣ ਦੇ ਵਿੱਚ ਆਇਆ, ਠੀਕ ਨਹੀਂ। ਸਾਰੇ ਹੀ ਭਾਰਤ ਦੇਸ਼ ਦੇ ਲੋਕਾਂ ਨੂੰ ਸਿੱਖਣ ਦਾ ਅਧਿਕਾਰ ਇਹ ਸਿੱਖ ਇਨਕਲਾਬ ਨੇ ਲੈ ਕੇ ਦਿੱਤਾ, ਸਿੱਖ ਧਰਮ ਨੇ ਲੈ ਕੇ ਦਿੱਤਾ। ਉਹ ਭਗਤੀ ਦੇ ਉੱਪਰ ਪਾਬੰਦੀ ਸੀ ਅਤੇ ਭਗਤੀ ਲਹਿਰ ਜਿਹੜੀ ਉਹ ਲਹਿਰ ਚੱਲੀ ਅਤੇ ਭਗਤੀ ਲਹਿਰ ਉਹਦਾ ਨਾਂ ਪੈ ਗਿਆ, ਅਤੇ ਉਸ ਲਹਿਰ ਦੇ ਜਿੰਨੇ ਵੀ ਯੋਧੇ ਸੀ, ਸੂਰਮੇ ਸੀਗੇ, ਉਹ ਲਹਿਰ ਨੂੰ ਚਲਾਉਣ ਵਾਲੇ ਜਿਹੜੇ ਮਹਾਨਾਇਕ ਬਹਾਦਰ ਜਰਨੈਲ ਸੀਗੇ ਭਗਤ ਸਾਹਿਬਾਨ, ਉਹਨਾਂ ਨੂੰ ਵੀ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਣ ਲੱਗਿਆ, ਅਤੇ ਉਹ ਭਗਤਾਂ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਸਮਾਜ ਦੇ ਵਿੱਚ, ਦੁਨੀਆਂ ਦੇ ਵਿੱਚ। ਔਰ ਸੰਘਰਸ਼ ਕਰਦੇ ਰਹੇ, 10ਵੀਂ 11ਵੀਂ ਸਦੀ ਦੇ ਵਿੱਚ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ ਭਗਤੀ ਲਹਿਰ ਦਾ, ਭਗਤੀ ਲਹਿਰ ਹੀ ਸਿੱਖ ਧਰਮ ਵਿੱਚ ਕਨਵਰਟ ਹੋਈ ਹੈ, ਸਿੱਖ ਇਨਕਲਾਬ ਦਾ ਰੂਪ ਧਾਰਨ ਕਰਕੇ ਅੱਗੇ ਨੂੰ ਵੱਧਦੀ ਵੱਧਦੀ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸ ਰਹੀ ਹੈ। ਔਰ ਜਦੋਂ ਗੁਰੂ ਸਾਹਿਬਾਨਾਂ ਅਤੇ ਭਗਤ ਸਾਹਿਬਾਨਾਂ ਦੇ ਵਿਚਾਰ ਬਣਾਉਂਦੇ ਹੋਏ ਮੀਟਿੰਗਾਂ ਹੋਈਆਂ ਕਿ ਕਿਵੇਂ ਦੇਸ਼ ਨੂੰ ਆਜ਼ਾਦ ਕਰਵਾਉਣਾ ਆ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮਿਸ਼ਨ ਨੂੰ ਚੱਲਦਾ ਰੱਖਣ ਵਾਸਤੇ, ਅੱਗੇ ਵਧਾਉਂਦੇ ਰੱਖਣ ਵਾਸਤੇ ਗੁਰਗੱਦੀ ਦੀ ਲਹਿ ਰਸਮ ਚਲਾਈ ਅਤੇ ਗੁਰਗੱਦੀ ਸ਼ੁਰੂਆਤ ਕਰ ਦਿੱਤੀ, ਤਾਂ ਕਿ ਅੱਗੇ ਤੋਂ ਅੱਗੇ ਇੱਕ ਮਹਾਨ ਯੋਧਾ ਇਸ ਲਹਿਰ ਨੂੰ, ਇਸ ਕਨਸੈਪਟ ਨੂੰ, ਆਜ਼ਾਦੀ ਦੇ ਮਿਸ਼ਨ ਨੂੰ, ਜਿਹੜਾ ਯੂਨੀਵਰਸਲ ਥਾਟ ਹੈ, ਇਹਨੂੰ ਅੱਗੇ ਨੂੰ ਲੈ ਕੇ ਵੱਧਦਾ ਵੱਧਦਾ ਚੱਲਦਾ ਚੱਲੀ ਜਾਵੇ, ਭਾਵੇਂ ਉਹਨੂੰ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦੇਣੀਆਂ ਪੈ ਜਾਣ, ਪਰ ਇਸ ਦੇਸ਼ ਦੇ ਲੋਕਾਂ ਨੂੰ ਮਨੁਵਾਦ ਦੀ ਗੁਲਾਮੀ ਦੇ ਵਿੱਚ ਆਜ਼ਾਦ ਕਰਵਾ ਕੇ ਹੀ ਰਹੇ।